स्वागत है किसान वीरो अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते पहली बार वीडियो देख रहे हैं उन्होंने रिक्वेस्ट आ कि अपने यूट्यूब चैनल यू सबसक्राइब कर लियो। सो किसी भी वीर ने इदा दी ऐड करवानी होवे तां मेरा कॉन्टैक्ट नंबर आ 84 270 19 817। सो अज की वीडियो आप डायरैक्ट डेयरी फार्म गावों के फार्म के वीडियो कवर करते पे हैं। इन्हों के कुछ क नग हिफर बछिया पकाऊ आ गई। सो अगे वीर तो पुछते कि इन का किड़े सीमन जी की डिटेल आ गई, डायरैक्ट फार्म के वीडियो कवर करते भाई चंगे सीमन दिया चंगे मिल्क रिकॉर्ड वाले बछिया ये पकाऊ। सो अगे करते हैं गल। सत श्रीकाल भाई। हाँ जी, मेरे नाम एड्रैस बोलिए अपने। मेरा नाम गुरचरण सिंह, तहसील निहाल सिंह वाला पै गया अपन। ठीक है, मोबाइल नंबर भी अपना ਪਚਵੰਜਾ ਦੋ ਸੌ ਨੱਬੇ। ਠੀਕ ਹੈ, ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਸ਼ੁਰੂ ਕਰਦੇ ਆਂ, ਇਹਦੀ ਉਮਰ ਲਗਭਗ ਕਿੰਨੀ ਹੋਊਗੀ? ਇਹਦੀ ਵੀਰੇ 1 ਸਾਲ ਉਮਰ ਹੈ ਜੀ। 1 ਸਾਲ ਦੀ ਉਮਰ ਆ ਤੇ ਮਿਨੀਮਮ ਮੰਨ ਕੇ ਚੱਲੋ ਵੀ ਇਹ 45-50 ਲੀਟਰ ਵਾਲੀ ਬੈਠਦੀ ਹੈਗੀ ਆ। ਸਾਰੇ ਤੁਹਾਨੂੰ ਦੱਸਿਆ ਨਾ ਵੀ ਸਾਰੇ ਦਿਨੇ ਆਪਾਂ ਪਸ਼ੂ ਰੱਖੇ ਸਾਰੇ 40 ਪਲੱਸ ਹੀ ਹੈ। ਠੀਕ ਹੈ, ਤੇ ਫਿਰ ਇਹਨਾਂ ਦਾ ਮੰਨ ਲਾ ਪ੍ਰੋਪਰ ਰਿਕਾਰਡ ਸਾਰਾ ਹੈਗਾ ਲਿਖਿਆ ਵਾ ਕਾਪੀ ਤੇ? ਸਾਰਾ ਰਿਕਾਰਡ ਇਹਨਾਂ ਕਾਪੀ ਤੇ ਜੜਿਆ ਹੋਇਆ। ਜੇ ਕੋਈ ਵੀ ਕਿਸਾਨ ਵੀਰ ਇਹਨੂੰ ਖਰੀਦਣਾ ਚਾਹੂਗਾ, ਠੀਕ ਹੈ, ਆਪਣੇ ਕੋਲ ਆਊਗਾ, ਉਹਨਾਂ ਨੂੰ ਆਪਾਂ ਸਾਰਾ ਰਿਕਾਰਡ ਜਿੰਨਾ ਵੀ ਆਪਣੇ ਕੋਲ ਹੈਗਾ ਉਹ ਸਾਰਾ ਉਹਨਾਂ ਸਾਹਮਣੇ ਵੀ ਕਿਹੜੇ ਸੀਮਨ ਜਾਂ ਕਿੰਨੇ ਸਹੀ ਪ੍ਰੋਪਰ ਏਜ ਆ ਇਹਦੀ? ਹਾਂਜੀ, ਠੀਕ ਹੈ, ਤੇ ਸਾਰੀਆਂ ਖੀਰੀਆਂ ਹੀ ਆ? ਹਾਂਜੀ ਵੀਰੇ, ਸਾਰੀਆਂ ਖੀਰੀਆਂ ਵਿੱਚ। ਸੋਬਰ ਖੀਰੀਆਂ ਬੱਚਿਆਂ ਜਮਾਂ ਥੱਲੇ ਆਰਡਰ ਕੁਆਲਿਟੀਆਂ ਦੇਖੋ ਨੇ ਬਹੁਤ ਚੰਗੀਆਂ, ਸਾਲਕ ਦੀ ਏਜ ਆ ਇਹਦੀ ਤੇ ਬਾਕੀ ਫਾਰਮ 'ਚ ਆਪਾਂ ਨੂੰ ਪਤਾ ਵੀ ਲਿਬੜੀਆਂ ਤੇ ਬਣੀਆਂ ਹੁੰਦੀਆਂ ਹੈਗੀਆਂ ਇਹ। ਸੋ ਥਣ ਤੁਹਾਨੂੰ ਬਹੁਤ ਚੰਗਾ ਕਿ ਫੋਰਡ ਸਾਂਗ ਵੀ ਹੈ ਨਹੀਂ ਥਣਾਂ ਦੇ ਵਿੱਚ। ਤੇ ਫਿਰ ਮੁੱਲ ਵਗੈਰਾ ਵੀਰੇ? ਮੁੱਲ ਵਗੈਰਾ ਵੀਰੇ ਕਿਸਾਨ ਵੀਰ ਨੂੰ ਪਸੰਦ ਆਉਣ ਦੀ ਗੱਲ ਆ। ਠੀਕ ਆ, ਮੌਕੇ ਦੇ ਘਰੇ ਆ ਕੇ ਉਸ ਹਿਸਾਬ ਨਾਲ ਕਰ ਲਓਗੇ, ਮੁੱਲ ਜਾਇਜ਼ ਹੋਊਗਾ। ਹਾਂਜੀ ਵੀਰੇ, ਜਾਇਜ਼। ਤੇ ਅੱਗੇ ਦੂਜੇ ਨੰਬਰ ਵਾਲੀ, ਇਹਦੀ ਉਮਰ ਵੀ ਹੋਊ ਲਗਭਗ ਸਾਲ ਦੇ ਆਸ ਪਾਸ? ਹਾਂਜੀ ਵੀਰੇ, ਸਾਲ ਦਾ। ਠੀਕ ਹੈ, ਸੋ ਫੇਸ ਕੁਆਲਿਟੀ ਦੇਖੋ, ਬੱਚੀਆਂ ਚੰਗੀਆਂ ਪੂਰੀਆਂ ਜਾਤ ਵਾਲੀਆਂ ਪਾਲਣ ਲਾਇਕ ਬੱਚੀਆਂ ਨੇ ਸਾਰੀਆਂ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਪਏਗੇ। ਤੇ ਇਹਦੇ ਵੀ ਕੋਈ ਫੋਟ ਸਾਂਗ ਥਾਣਾ ਦੇ ਵਿੱਚ ਹੈ ਨਹੀਂ, ਚਾਰੇ ਥਾਣਾ ਪ੍ਰੋਪਰ ਸਾਫ਼ ਸੁਥਰੇ ਚੰਗੇ। ਤੇ ਦੂਜੇ ਨੰਬਰ 'ਤੇ ਆਹ ਤੀਜੇ ਨੰਬਰ ਵਾਲੀ ਵੀ ਠਾਲੀ ਮਾੜੀ। ਸੋ ਵੀਰੇ, ਦੋ ਨੰਬਰ ਵਾਲੀ ਬੱਚੀ ਦਾ ਥਣ ਦੇਖ ਸਕਦੇ ਹੋ, ਥਣ ਚੰਗੇ ਆ ਥੱਲੇ ਬੱਚੀ ਦੇ, ਝੋਲੀ ਸਾਫ਼ ਸੁਥਰੀ ਆ। ਅੱਗੇ ਹੁਣ ਇਹਨਾਂ ਦੇ ਵਿੱਚੋਂ ਤੇ ਜਿਹੜੀ ਵੀਰੇ ਆਪਾਂ ਤੀਜੇ ਨੰਬਰ ਵਾਲੀ ਹੁਣ ਦੇਖਦੇ ਪਏ ਆ, ਗੱਬੜ ਹੋਈ ਹੈ ਕਿ ਨਹੀਂ ਹੋਈ? ਇਹ ਵੀਰੇ ਬੱਚਿਆਂ ਗੱਬੜ ਨੇ ਵੀਰੇ, ਚੈੱਕ ਤਾਂ ਨਹੀਂ ਹਲੇ? ਇਹ ਵੀਰੇ ਚੈੱਕ ਨਹੀਂ ਆਇਆ ਹਲੇ। ਹਾਂਜੀ ਵੀਰੇ, ਸੀਮਨ ਲੱਗਣ ਨੂੰ ਕਿੰਨਾ ਟਾਈਮ ਹੋ ਗਿਆ ਨੇ? ਡੇਢ ਮਹੀਨਾ ਹੋ ਗਿਆ। ਠੀਕ ਆ, ਮੰਨ ਕੇ ਚੱਲੋ ਵੀ ਮਹੀਨੇ ਦੀ ਕਰ ਚੈੱਕ ਚ ਆ ਜਾਣਗੀਆਂ। ਹਾਂਜੀ ਵੀਰੇ, ਮਹੀਨੇ ਵਿੱਚ ਚੈੱਕ। ਠੀਕ ਆ, ਸਟਾਫ ਫਿਰ ਦੋ ਲੱਗ ਗਿਆ ਸੀਮਨ। ਹਾਂਜੀ ਵੀਰੇ, ਠੀਕ ਹੈ। ਸੋ ਇਹਦੀ ਉਮਰ ਹੋ 1.5 ਸਾਲ ਦੇ ਆਸ-ਪਾਸ? ਹਾਂਜੀ ਵੀਰੇ, ਇਹਦੀ ਹੈਗੀ। ਸੋ ਇਹਦੀ ਉਮਰ ਹੈਗਾ 1.5 ਸਾਲ ਦੇ ਆਸ-ਪਾਸ ਤੇ ਬਾਕੀ ਥਣ ਵਗੈਰਾ ਇਹਦਾ ਵੀ ਦਿਖਾ ਦਈਏ ਆਪਾਂ ਵੀ ਕੀ ਥੱਲੇ ਬਾਇਓਡਾਟਾ। ਆਹ ਦੇਖੋ, ਝੋਲੀ ਖੈਰ ਚੰਗੀ ਖੋਲਦੀ ਤੁਰੇ, ਸ਼ਾਇਦ ਬੱਚੀ ਹੋ ਸਕਦੀ ਹੈ ਗੱਭਣ। ਸੋ ਦੇਖੋ, ਝੋਲੀ ਬਹੁਤ ਚੰਗੀ ਆ, ਚੰਗੀ ਬੱਚੀ ਤਿਆਰ ਹੋਊਗੀ ਜਾ ਕੇ। ਅਤੇ ਬਾਕੀ ਇਹ ਨਹੀਂ ਗੱਲ ਵੀ ਲੱਸੀਆਂ ਨਾਮੀਆਂ ਜਾਂ ਛੋਟੀਆਂ ਕਿਸੇ ਪਾਸੋਂ, ਸੈਲਜ ਵਗੈਰਾ ਵੀਰਾਂ ਦਾ ਪਾਇਆ ਵਾ। ਫੇਸ ਕੁਆਲਿਟੀ ਵੀਰਾ ਦੇਖੋ, ਪੂਰੇ ਕੱਦ ਕਾਠ ਚੰਗੀ। ਅਤੇ ਅੱਗੇ ਆ ਗਈ ਵੀਰੇ ਚੌਥੇ ਨੰਬਰ ਵਾਲੀ ਬੱਚੀ, ਇਹ ਵੀ ਗੱਬਣ ਹੈ ਨਾ? ਹਾਂਜੀ, ਇਹ ਵੀ ਗੱਬਣ ਹੈ ਵੀਰੇ, ਇਹਦੇ ਵੀ ਇਹਨਾਂ ਦੋਨੇ ਇਕੱਠੀਆਂ ਡਿੱਗ ਰਹੇ ਹਨ। ਅੱਛਾ, ਇਹ ਆਪ ਡੈਨਮਾਰਕ ਦੀ ਆ? ਹਾਂਜੀ, ਮਤਲਬ ਸੀਮਨ ਸੇਮ ਜੇ ਲੱਗਿਆ 2-4 ਦਿਨ ਦੇ ਵਿੱਚ। ਹਾਂਜੀ ਹਾਂਜੀ ਵੀਰੇ, ਸੇਮ। ਠੀਕ ਹੈ, ਸੋ ਇਹਦੇ ਦੇਖੋ ਫੇਸ ਕੁਆਲਿਟੀ ਵਗੈਰਾ, ਡੈਨਮਾਰਕ ਦੇ ਸੀਮਨ ਦੀ ਖੁਦ ਬੱਚੀ ਹੈਗੀ ਆ। ਅਤੇ ਥਣ ਵਗੈਰਾ ਇਹਦੇ ਵੀ ਦੇਖ ਲਓ, ਥਣ ਥੁਣ ਚੰਗੇ ਆ ਵਧੀਆ। ਸੋ ਵੀਰੋ, ਇਹ ਸੀਗੀ ਚੌਥੇ ਨੰਬਰ ਵਾਲੀ ਬੱਚੀ, ਕੱਦ ਕੁੱਦ ਬਹੁਤ ਚੰਗਾ। ਅਤੇ ਅੱਗੇ ਆ ਗਈ ਪੰਜਵੇਂ ਨੰਬਰ ਵਾਲੀ ਬੱਚੀ, ਥਣ ਵਗੈਰਾ ਦੇਖ ਲਓ, ਇਹਦਾ ਵੀ ਚੰਗਾ। ਅਤੇ ਇਹਦੇ ਤਾਂ ਨਹੀਂ ਵੀਰੇ ਸੀਮਨ ਲੱਗਿਆ ਹਾਲੇ? ਠੀਕ ਹੈ, ਠੀਕ ਹੈ, ਮੰਨ ਕੇ ਚਲੋ ਮਹੀਨੇ 20 ਦਿਨ ਦੇ ਵਿੱਚ ਆ ਸਕਦੀ ਹੀਟ 'ਚ। ਅਤੇ ਦੰਦੋ ਜਮ੍ਹਾਂ ਸਾਰੀਆਂ ਖੀਰੀਆਂ? ਹਾਂਜੀ ਸਾਰੀਆਂ ਦੰਦੋ ਹੈਗੇ ਖੀਰੀਆਂ। ਸੋ ਵੀਰੋ, ਇਹ ਸੀਗਾ ਬਾਈਆਂ ਦਾ ਫਾਰਮ, ਇਹਦੇ ਵਿੱਚੋਂ ਬੈੜਾ ਵੀ ਕੁਝ ਬਾਈਆਂ ਨੇ ਸੇਲ ਕਰਤੀਆਂ, 5-7 ਬੈੜਾ ਫਿਲਹਾਲ ਵੀਰਾਂ ਕੋਲ ਹੈਗੀਆਂ ਹੈਗੀਆਂ। ਅਤੇ ਥੋੜ੍ਹਾ ਕੰਮ ਘਟਾ ਰਹੇ ਆ, ਇਸ ਕਰਕੇ 5 ਬੱਚੀਆਂ ਪੂਰੇ ਜਾਤ ਪਾ ਦੇਣੀਆਂ। ਇਹ ਵਿਕਾਊ ਆ ਪਿੰਡ ਮਾਸੀ ਕੇ, ਜ਼ਿਲ੍ਹਾ ਮੋਗੇ ਦਾ ਇਹ ਪਿੰਡ ਹੈਗਾ। ਸੋ ਵੀਰੋ, ਅੱਗੇ ਵੀਰ ਦੀ ਮਸ਼ੀਨ ਆ ਗਈ। ਅਤੇ ਵੀਰੇ, ਇਹ ਆਪਣਾ ਆਪਣਾ ਕਿਰਾਇਆ ਲਾਉਣ ਦੀ ਖਾਤਰ? ਹਾਂਜੀ ਵੀਰੇ, ਨਾਲ ਕੇ ਜਦੋਂ ਸਰੋਂ ਤੇ ਮੱਕੀ। ਅੱਛਾ, ਪਹਿਲਾਂ ਮੱਕੀ ਬਹੁਤ ਬੀਜੀ ਇਹਦੇ ਨਾਲ? ਹਾਂਜੀ ਵੀਰੇ, ਪਹਿਲਾਂ ਆਪਾਂ ਨੂੰ ਪਾਣੀ ਤੋਂ ਹੋਰ ਬਣਾਉਂਦੇ ਸੀ। ਠੀਕ ਹੈ, ਤੇ ਹੁਣ ਇਹਦੇ ਨਾਲ ਸਰੋਂ ਦੀ ਬਿਜਾਈ ਕਰੋਗੇ? ਹਾਂਜੀ ਵੀਰੇ, ਸਰੋਂ ਦੀ। ਤੇ ਕਿੰਨਾ ਕੁ ਬੀ ਪਾਉਂਦੇ ਕਿੱਲੇ ਦਾ ਇਹ? ਵੀਰੇ 4-5 ਕਿੱਲੇ, ਇੱਕ ਨਾਲ ਦਾ ਜਿਹੜਾ 125 ਗ੍ਰਾਮ ਵੀ ਸਹੀ ਰਹਿੰਦਾ। ਮੰਨ ਕੇ ਚੱਲੀਏ ਵੀ ਕਿਲੋ ਤੋਂ ਉੱਪਰ ਪਾ ਦੂਗੀ? ਹਾਂਜੀ, ਕਿਲੋ ਸਹੀ ਰਹਿੰਦਾ ਫਿਰ, ਮੈਂ ਸਹੀ ਪਾਉਣਾਗਾ। ਬਾਕੀ ਅੱਡ ਵਿੱਚੋਂ ਆਇਆ ਫਾਰਮਰ ਦੀ ਜਿਹਨੇ ਉਹ ਕਹਿੰਦਾ ਪਾਉਣਾ ਕਰ। ਠੀਕ ਹੈ, ਫਿਰ ਨਾ ਇਹਦਾ ਫਿਰ ਤੁਸੀਂ ਮਸ਼ੀਨ ਨਾਲ ਮਲਾ ਮੱਕੀ ਬੀਜ ਕੇ ਦਿਓਗੇ, ਆਪਣੀ ਸਰੋਂ ਬੀਜ ਕੇ ਦਿਓਗੇ? ਠੀਕ ਹੈ, ਸਰੋਂ ਦੀ ਖਾਤਰ ਵੀ 1.5 ਫੁੱਟ ਬੰਦਾ ਕਰ ਸਕਦਾ। ਕਿੰਨੇ ਏਰੀਏ ਤੱਕ ਬੀਜਣ ਤੱਕ ਚਲੇ ਜਾਓਗੇ? ਏਰੀਆ ਫਿਰ ਮੰਨ ਕੇ 25-30 ਕਿਲੋਮੀਟਰ ਦੇ ਦਿੰਦੇ। ਕੀ ਖਰਚਾ ਵਗੈਰਾ? ਇਕੱਠਾ ਵਾਹਣਾ ਮੰਨ ਕੇ ਚਲੋ ਫਿਰ 50 ਕਿਲੋਮੀਟਰ ਦੇ ਜਾਏਗਾ। ਠੀਕ ਹੈ, ਖਰਚਾ ਵਗੈਰਾ ਕੀ ਹੁੰਦਾ ਫਿਰ? ਖਰਚਾ ਵੀਰੇ 1500 ਰੁਪਏ ਕਿੱਲੇ ਦਾ। 1500 ਰੁਪਏ ਕਿੱਲੇ ਦਾ ਬਿਜਾਈ ਕਰਨ ਜਾਓਗੇ?
ਤੇ ਨੰਬਰ ਬੋਲ ਜੀ ਵੀਰ ਆਪਣਾ ਫਿਰ ਮੇਰੇ ਨੰਬਰ 7290295 ਠੀਕ ਹੈ ਸੋ ਵੀਰ ਇਹ ਵੀਰ ਦੀ ਮਸ਼ੀਨ ਆ ਮੱਕੀ ਬੀਜ ਆ ਸਰੋਂ ਬੀਜ ਆ ਹਰ ਤਰ੍ਹਾਂ ਦੀ ਇਹ ਮੰਨ ਕੇ ਚਲੋ ਡਿਜੀਟਲ ਮਸ਼ੀਨ ਆ ਜਮਾਂ ਅਤੇ ਕੰਪਿਊਟਰ ਆਈ ਜੇ ਬੀਜ ਵਗੈਰਾ ਪਾਉਂਦੀ ਆ ਸੋ ਪਿੰਡ ਮਾਸੀ ਕੇ ਜ਼ਿਲ੍ਹਾ ਬਰਨਾਲਾ ਇੱਥੋਂ ਆਪਾਂ ਵੀਡੀਓ ਕਵਰ ਕਰਤੀ ਸੋ ਵੀਰ ਬਿੱਡਾਂ ਨਾਲ ਇਹ ਸਰੋਂ ਬੀਜ ਦੀ ਆ ਮਸ਼ੀਨ ਆਪਣੀ ਅਤੇ ਬਿੱਡਾਂ ਦੇ ਉੱਪਰ ਸਰੋਂ ਬੀਜੀ ਮੰਨ ਕੇ ਚੱਲੋ ਵੀ ਪਾਣੀ ਵਗੈਰਾ ਦੀ ਸਮੱਸਿਆ ਫਿਰ ਘੱਟ ਆਉਂਦੀ ਆ ਦਿੱਕਤ ਕਿ ਨਹੀਂ ਠੀਕ ਹੈ ਠੀਕ ਹੈ ਬਾਅਦ ਚੋਂ ਆਰਡਰ ਲਵਾਏ ਆ ਠੀਕ ਹੈ ਠੀਕ ਹੈ ਸੋ ਵੀਰ ਇਹ ਮਸ਼ੀਨ ਆ ਵੀਰ ਸਰੋਂ ਦੀ ਬਿਜਾਈ ਦਾ ਸੀਜ਼ਨ ਲਾਊਗਾ ਅਤੇ ਕਿਸੇ ਵੀਰ ਨੇ ਸਰੋਂ ਬਜਵਾਉਣੀ ਹੋਵੇ ਤਾਂ ਤੁਸੀਂ ਵੀਰ ਨਾਲ ਜ਼ਰੂਰ ਕਨੈਕਟ ਕਰਿਓ ਪਿੰਡ ਮਾਸੀ ਕੇ ਜ਼ਿਲ੍ਹਾ ਮੋਗੇ ਦਾ ਪਿੰਡ ਆ ਅਤੇ ਨਾਲ ਵੀਰ ਦੇ ਬੱਚਿਆਂ ਮਕਾਊਗਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ